ਅੱਜ ਦਾ ਇਨਫੋਕਸ ਪ੍ਰੋਗਰਾਮ ਲੈ ਕੇ ਅਮਰ ਸਿੰਘ ਭੁੱਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 19 ਅਕਤੂਬਰ ਨੂੰ ਕੈਨੇਡਾ ਦੀ ਪਾਰਲੀਮੈਂਟ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਦੇ ਲਈ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਆਪੋ ਆਪਣੀ ਜਿੱਤ ਦੇ ਲਈ ਦਿਨ ਰਾਤ ਇੱਕ ਕਰ ਰਹੇ ਹਨ, ਵੋਟਰਾਂ ਤੱਕ ਜਾ ਰਹੇ ਹਨ, ਆਪਣੀਆਂ ਪ੍ਰਾਪਤੀਆਂ ਅਤੇ ਆਪਣੇ ਆਉਣ ਵਾਲੇ ਵਾਅਦੇ ਕਰ ਰਹੇ ਹਨ ਕਿ ਉਹਨਾਂ ਦੀ ਪਾਰਟੀ ਅੱਗੇ ਆ ਕੇ ਕੀ ਕਰੇਗੀ। ਇਸੇ ਸਿਲਸਿਲੇ ਦੇ ਵਿੱਚ ਅਸੀਂ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਕੁਝ ਹੋਰ ਪਾਰਟੀਆਂ ਦੇ ਉਮੀਦਵਾਰ ਸਟੂਡੀਓ ਵਿੱਚ ਬੁਲਾ ਕੇ ਉਹਨਾਂ ਦੇ ਵਿਚਾਰ ਜਾਣੇ ਅਤੇ ਉਹਨਾਂ ਨਾਲ ਗੱਲਬਾਤ ਕੀਤੀ, ਅੱਜ ਇਸੇ ਚਰਚਾ ਦੇ ਵਿੱਚ ਅਸੀਂ ਅੱਜ ਫੋਕਸ ਕਰਨ ਜਾ ਰਹੇ ਹਾਂ ਬ੍ਰੈਂਪਟਨ ਨੌਰਥ ਹਲਕੇ ਤੋਂ ਕੰਜ਼ਰਵੇਟਿਵ ਉਮੀਦਵਾਰ ਪਰਮ ਗਿੱਲ ਜੀ। ਗਿੱਲ ਸਾਹਿਬ, ਤੁਹਾਡਾ ਸਵਾਗਤ ਹੈ ਸਟੂਡੀਓ 'ਚ। ਭੁੱਲਰ ਸਾਹਿਬ, ਮੇਰੇ ਵੱਲੋਂ ਤੁਹਾਨੂੰ ਅਤੇ ਜਿੰਨੇ ਵੀ ਮੇਰੇ ਭੈਣ ਭਰਾ ਪ੍ਰੋਗਰਾਮ ਘਰਾਂ ਦੇ ਵਿੱਚ ਦੇਖ ਰਹੇ ਆ, ਸਾਰਿਆਂ ਨੂੰ ਹੀ ਸਤਿ ਸ਼੍ਰੀ ਅਕਾਲ ਜੀ। ਵੈਸੇ ਤਾਂ ਸਾਰੇ ਲੋਕ ਤੁਹਾਨੂੰ ਜਾਣਦੇ ਨੇ ਕਿਉਂਕਿ ਤੁਸੀਂ ਪਹਿਲੇ 4 ਸਾਲ ਲਗਾਤਾਰ ਪਾਰਲੀਮੈਂਟ ਦੇ ਮੈਂਬਰ ਰਹੇ ਹੋ, ਫਿਰ ਵੀ ਬਹੁਤ ਸਾਰੇ ਸਾਡੇ ਦਰਸ਼ਕਾਂ 'ਚ ਪਹਿਲੀ ਵਾਰ ਜੁੜੇ ਹੋਣਗੇ। ਮੈਂ ਚਾਹੁੰਦਾ ਉਹਨਾਂ ਨੂੰ ਦੱਸਣਾ ਕਿ ਤੁਸੀਂ ਕਿੰਨੀ ਉਮਰ 'ਚ ਪੰਜਾਬ ਤੋਂ ਛੱਡ ਕੇ ਕੈਨੇਡਾ ਆ ਗਏ ਸੀ? ਮੇਰੀ ਉਮਰ ਤਕਰੀਬਨ 12 ਸਾਲ ਦੀ ਸੀਗੀ ਜੀ। ਅਸੀਂ ਛੋਟੇ ਸਾਰੇ ਹੀ ਪਰਿਵਾਰ ਦੇ ਨਾਲ ਇੱਥੇ ਇਮੀਗ੍ਰੈਂਟ ਹੋਏ ਸੀਗੇ ਕੈਨੇਡਾ ਦੇ ਵਿੱਚ, ਅਤੇ ਉਸ ਤੋਂ ਪਹਿਲਾਂ ਸਾਡਾ ਬੈਕ ਹੋਮ ਤੁਸੀਂ ਪੰਜਾਬ ਦੇ ਵਿੱਚ ਕਹਿ ਲਓ ਜੀ, ਅਸੀਂ ਡਿਸਟ੍ਰਿਕਟ ਮੋਗਾ ਨੂੰ ਬਿਲੋਂਗ ਕਰਦੇ ਹਾਂ, ਛੋਟਾ ਜਿਹਾ ਪਿੰਡ ਆ ਸਾਡਾ ਪੁਰਾਣੇ ਵਾਲਾ ਮੋਗੇ ਕੋਲ। ਅਸੀਂ ਤੁਸੀਂ ਕਹਿ ਲਓ ਵੀ 3 ਭਰਾ ਅਤੇ 1 ਸਾਡੀ ਭੈਣ ਹੈ ਜੀ, ਅਤੇ ਮਦਰ ਸਾਡੇ ਇੱਥੇ ਹੀ ਹੈ। ਸਾਡੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਛੋਟੇ ਹੁੰਦੇ, ਮੇਰੀ ਉਮਰ ਤਕਰੀਬਨ 5 ਸਾਲ ਦੀ ਸੀ, ਅਤੇ ਬਾਕੀ ਸਾਡਾ ਸਾਰਾ ਹੀ ਪਰਿਵਾਰ ਜਿਹੜਾ ਹੈਗਾ ਤੁਸੀਂ ਕਹਿ ਲਓ ਵੀ ਹੁਣ ਕੈਨੇਡਾ ਦੇ ਵਿੱਚ ਹੈ। ਅਸੀਂ ਇੰਡੀਆ ਤੋਂ ਲਾਸਟ ਤੁਸੀਂ ਕਹਿ ਲਓ ਵੀ ਫੈਮਿਲੀ ਮੈਂਬਰ ਸੀਗੇ ਜਿਹੜੇ ਇੱਥੇ ਕੈਨੇਡਾ ਵਿੱਚ ਆਏ ਸੀ। ਉਸ ਤੋਂ ਪਹਿਲਾਂ ਸਾਡੇ ਚਾਚੇ ਔਲਰੇਡੀ ਜਿਹੜੀ ਫਾਦਰ ਸਾਈਡ ਫੈਮਿਲੀ ਸਾਰੇ ਇੱਥੇ ਸੀ। ਕੈਨੇਡਾ ਤਾਂ ਸਾਰੇ ਆ ਗਏ, ਪਰ ਤੁਹਾਡਾ ਮੋਹ ਲੱਗਦਾ ਜੇ ਵੀ ਪੰਜਾਬ ਨਾਲੋਂ ਟੁੱਟਿਆ ਨਹੀਂ? ਬਹੁਤ ਸਾਰੇ ਪਤਾ ਚੱਲਿਆ ਕਿ ਸਮਾਜ ਸੇਵਾ ਦੇ ਕੰਮ ਉੱਥੇ ਅਜੇ ਵੀ ਕਰ ਰਹੇ ਹੋ। ਬਿਲਕੁਲ ਜੀ, ਆਫਕੋਰਸ ਉੱਥੇ ਜਨਮ ਹੋਇਆ, ਉੱਥੇ ਜਿਹੜੀਆਂ ਸਾਡੀਆਂ ਰੂਟਸ ਆਪਣੀਆਂ ਸਾਰਿਆਂ ਦੀਆਂ ਹੀ ਉਹ ਪੰਜਾਬ ਦੇ ਨਾਲ ਜੁੜੀਆਂ ਹੋਈਆਂ। ਜਿਹੜੀ ਤੁਸੀਂ ਕਹਿ ਲਓ ਵੀ ਜਿੱਥੇ ਤੁਸੀਂ ਜਨਮ ਲਿਆ ਹੋਵੇ, ਜਿੱਥੇ ਤੁਹਾਡੇ ਪੇਰੈਂਟਸ, ਗ੍ਰੈਂਡ ਪੇਰੈਂਟਸ ਅਤੇ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਹੈ, ਆਫਕੋਰਸ ਉਹਨੂੰ ਤੁਸੀਂ ਭੁੱਲ ਨਹੀਂ ਸਕਦੇ ਗੇ। ਹਮੇਸ਼ਾ ਰੈਗੂਲਰਲੀ ਪੰਜਾਬ ਆਪਾਂ ਸਾਰੇ ਜਾਂਦੇ ਹਾਂ, ਆਪਾਂ ਨੂੰ ਆਪਣੇ ਪਿੰਡਾਂ 'ਚ ਜਾ ਕੇ ਬੜਾ ਮਾਣ ਮਹਿਸੂਸ ਹੁੰਦਾ। ਸੋ ਜਿੰਨੀ ਵੀ ਆਪਾਂ ਆਪੋ ਆਪਣੇ ਲੈਵਲ 'ਤੇ ਆਪਾਂ ਕੋਸ਼ਿਸ਼ ਕਰਦੇ ਹਾਂ, ਜਿੰਨੇ ਵੀ ਮੇਰੇ ਭੈਣ ਭਰਾ ਫੋਰਨ ਮੁਲਕਾਂ ਦੇ ਵਿੱਚ ਰਹਿੰਦੇ ਆ, ਵੀ ਆਪਾਂ ਉੱਥੇ ਕਿਸ ਤਰ੍ਹਾਂ ਦੇ ਕੰਮ ਕਰ ਸਕੀਏ ਜਿਨ੍ਹਾਂ ਦਾ ਫਾਇਦਾ ਹੋਵੇ। ਸੋ ਮੈਨੂੰ ਮਾਣ ਹੈ ਕਿ ਸਾਡੇ ਪਰਿਵਾਰ ਨੇ ਕਾਫੀ ਉੱਥੇ ਪਿੰਡ ਦੇ ਵਿੱਚ ਕੰਟਰੀਬਿਊਸ਼ਨ ਕੀਤਾ। ਹਾਂ ਗਿੱਲ ਸਾਹਿਬ, ਤੁਸੀਂ ਚਲੋ ਉੱਥੇ ਪੰਜਾਬ ਦੇ ਵਿੱਚ ਜਿੰਨੇ ਵੀ ਕੰਮ ਕਰ ਸਕੇ ਕੀਤੇ, ਅਤੇ ਪਿਛਲੀ ਵਾਰੀ ਤੁਹਾਨੂੰ ਬ੍ਰੈਂਪਟਨ ਨੌਰਥ ਹਲਕਾ ਨਵਾਂ ਬਣਿਆ। ਪਿਛਲੀ ਵਾਰੀ ਤੁਸੀਂ ਮੇਰਾ ਖਿਆਲ ਬ੍ਰੈਂਪਟਨ ਵੈਸਟਨ ਨਾਲ ਅਤੇ ਹਲਕਾ ਬ੍ਰੈਂਪਟਨ ਸਪ੍ਰਿੰਗਡੇਲ ਜੀ, ਸਪ੍ਰਿੰਗਡੇਲ ਦੇ ਨਾਂ 'ਤੇ ਸੀ। ਤੁਸੀਂ 4 ਸਾਲ ਪਾਰਲੀਮੈਂਟ ਦੇ ਮੈਂਬਰ ਰਹੇ, ਅਤੇ 4 ਸਾਲ 'ਚ ਤੁਸੀਂ ਕੀ ਕੀਤਾ? ਦੇਖੋ ਜੀ, ਪਹਿਲਾਂ ਤਾਂ ਮੈਂ ਜਦੋਂ ਵੀ ਮੈਨੂੰ ਓਪਰਚੁਨਿਟੀ ਮਿਲਦੀ ਹੈ, ਮੈਂ ਹਮੇਸ਼ਾ ਭੈਣਾਂ ਭਰਾਵਾਂ ਦਾ ਧੰਨਵਾਦ ਕਰਦਾ ਹੁੰਦਾ ਕਿ ਇਟਸ ਓਨਲੀ ਬਿਕੋਜ਼ ਆਫ ਯੂ, ਤੁਹਾਡੀ ਮਦਦ ਦੇ ਨਾਲ ਮੈਨੂੰ ਇਹ ਇੱਕ ਓਨਰ ਮਿਲਿਆ ਟੂ ਰੈਪ੍ਰਜੈਂਟ ਆਰ ਕਮਿਊਨਿਟੀ ਇਨ ਆਰਵਾ ਐਜ਼ ਅ ਮੈਂਬਰ ਆਫ ਪਾਰਲੀਮੈਂਟ। ਉਸ ਦੇ ਨਾਲ ਨਾਲ ਮੈਂ ਕਹਾਂ ਕਿ ਜਿਹੜੀਆਂ ਕੁਛ ਜਿਹੜੇ ਕੰਮ ਮੈਨੂੰ ਸੈਟਿਸਫੈਕਸ਼ਨ ਦਿੰਦੇ ਆ, ਆਫਕੋਰਸ ਹੈਲਪਿੰਗ ਪੀਪਲ ਐਵਰੀ ਸਿੰਗਲ ਦੇ ਔਨ ਦੇਅਰ ਨੀਡਸ, ਚਾਹੇ ਉਹ ਇਮੀਗ੍ਰੇਸ਼ਨ ਦੇ ਸੰਬੰਧ ਵਿੱਚ ਹੋਵੇ, ਚਾਹੇ ਉਹ ਕੈਨੇਡਾ ਰੈਵਨਿਊ ਏਜੰਸੀ ਦੇ ਨਾਲ, ਚਾਹੇ ਅਨਪਲੋਇਮੈਂਟ ਇੰਸ਼ੋਰੈਂਸ ਦੇ ਨਾਲ ਹੋਵੇ, ਚਾਹੇ CPP ਦੇ ਨਾਲ ਹੋਵੇ। ਸੋ ਦੇ ਆਰ ਮੈਨੀ ਮੈਨੀ ਇਸ਼ੂਜ਼ ਦੈਟ ਪੀਪਲ ਕਮ ਟੂ ਆਰ ਆਫਿਸ ਔਨ ਡੇਲੀ ਬੇਸਿਸ ਟੂ ਸੀਕ ਅਸਿਸਟੈਂਸ, ਦੈਟਸ ਵਨ ਐਸਪੈਕਟ। ਸੋ ਦੂਸਰੀ ਗੱਲ ਇਹ ਹੁੰਦੀ ਹੈ ਕਿ ਜਿਹੜੀ ਨੈਸ਼ਨਲ ਲੈਵਲ 'ਤੇ ਤੁਸੀਂ ਕਹਿ ਲਓ ਵੀ ਪੋਲਿਸੀ, ਸਰਕਾਰ ਦੀ ਵਿਜ਼ਨ ਕੀ ਹੈ, ਕੀ ਪੋਲਿਸੀਜ਼ ਲੈ ਕੇ ਆ ਰਹੇ ਆ, ਆਉਣ ਵਾਲੇ ਜਨਰੇਸ਼ਨ ਦੇ ਵਿੱਚ ਕਿਸ ਤਰ੍ਹਾਂ ਉਹ ਨੋਟ ਓਨਲੀ ਆਪਣਾ ਆਪਾਂ ਨੂੰ ਕਿਸ ਤਰ੍ਹਾਂ ਫਾਇਦਾ ਹੋਊਗਾ, ਬਟ ਜਿਹੜੇ ਆਪਣੇ ਫਿਊਚਰ ਜਨਰੇਸ਼ਨਸ ਆ ਉਹਨਾਂ ਨੂੰ ਕਿਸ ਤਰ੍ਹਾਂ ਫਾਇਦਾ ਹੋਊਗਾ। ਆਪਾਂ ਦੇਖਿਆ ਕਿ ਸਾਰੀ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਰਿਸੈਸ਼ਨ ਚੱਲ ਰਿਹਾ ਸੀ ਪਿਛਲੇ ਕਈ ਸਾਲਾਂ ਤੋਂ, ਕੈਨੇਡਾ ਦੇ ਵਿੱਚ ਵੀ ਆਰ ਥੈਂਕਫੁਲ ਆਈ ਥਿੰਕ ਬਿਕੋਜ਼ ਪਾਰਟਲੀ ਟੂ ਦ ਲੀਡਰਸ਼ਿਪ ਆਫ ਆਰ ਪ੍ਰਾਈਮ ਮਿਨਿਸਟਰ ਸਟੀਵਨ ਹਾਰਪਰ ਦੇ ਜਿੰਨੇ ਵੀ ਮੇਰੇ ਕੋਲੀਗਸ ਆ ਕੰਜ਼ਰਵੇਟਿਵ ਕਾਕਸ ਦੇ ਵਿੱਚ, ਜਾਂ ਤੁਸੀਂ ਕੰਜ਼ਰਵੇਟਿਵ ਸਰਕਾਰ ਤੁਸੀਂ ਉਹਨੂੰ ਕਹਿ ਲਓ, ਬਿਕੋਜ਼ ਆਫ ਆਰ ਵਿਜ਼ਨ, ਬਿਕੋਜ਼ ਆਫ ਆਰ ਪੋਲਿਸੀਜ਼, ਕੈਨੇਡਾ ਇਜ਼ ਸੀਨ ਐਜ਼ ਅ ਰੋਲ ਮਾਡਲ ਅਰਾਊਂਡ ਦ ਵਰਲਡ, ਕਿ ਕਿੰਨੇ ਵਧੀਆ ਢੰਗ ਦੇ ਨਾਲ ਆਪਾਂ ਜਿਹੜੀ ਰਿਸੈਸ਼ਨ ਦੇ ਵਿੱਚੋਂ ਨਿਕਲੇ ਹਾਂ। ਹਲੇ ਜਿਹੜੇ ਦੂਸਰੇ ਮੁਲਕ ਹੈ, ਜੇ ਆਪਾਂ G7 ਕੰਟਰੀਆਂ ਦੀ ਵੀ ਗੱਲ ਕਰ ਲਈਏ, ਦੇ ਆਰ ਸਟਿਲ ਫੇਸਿੰਗ ਹਾਰਡ ਟਾਈਮ। ਯੂਰਪ ਦੇ ਵਿੱਚ ਦੇਖ ਲਓ, ਗ੍ਰੀਸ ਇਜ਼ ਔਨ ਵਰਜ ਆਫ ਬੈਂਕਰਪਸੀ। ਪਰ ਅਨਪਲਾਇਮੈਂਟ ਕੈਨੇਡਾ 'ਚ ਕਿਉਂ ਵਧੀ? ਦੇਖੋ ਜੀ, ਰਿਸੈਸ਼ਨ 'ਚ ਨਹੀਂ ਗਏ। ਦੇਖੋ, ਜੇ ਅਨਪਲਾਇਮੈਂਟ ਰੇਟ ਤੁਸੀਂ ਹਿਸਟੋਰਿਕਲੀ ਦੇਖੋ, ਇਸ ਵੇਲੇ ਤਕਰੀਬਨ 7% ਦੇ ਤਕਰੀਬ ਹੈ, ਵਿੱਚ
is sort of the average that tusi pichle kai saalan to dekh lo jithe marzi even previous sarkara jadon rahi hai udon vi dekh lo jehda unemployment rate will always hover around 7% 7 to thoda ja utte chala jauga thalle chala jauga but what we need to do and what we need to look at overall ki jadon the recession start hui especially the depth july 2009 to laake ajj tak saadi sarkar ne 1.3 million jehdiyan jobs create kiti hain which is the best job growth record amongst the G7 countries and that we can all be proud of only country Canada amongst the G7 ke jinna diye books balanced actually 1 year ahead of time par hun Harper sahab keh rahe ne ke assi 2020 tak 1.3 million hor jehdiyan jobs paida karange bilkul 2020 tak kyun agliyan chunan ta 19 chauniyan ne नहीं नहीं 2020 तक नहीं जी देखो जी ग्रोथ है हम जिस तरह मैं पहला क्या भी 2009 तो लैके जुलाई 2009 तो लैके हूँ तक असी 1.3 मिलियन जड़िया नैट न्यू जॉब्स क्रिएट की हैं सो हूँ जी अगली साडा तुम कह लो भी जी साजन है जोड़ा साडा टारगेट है वो ये है कि हूँ तो लैके जड़िया अगले कुछ सालों के असी जड़िया 1.3 मिलियन अडिशनल जड़िया जॉब्स असी क्रिएट करनी है वो किस तरह क्रिएट करनी है ऑफकोर्स to do with our economic action plan jada si budget plan 8 saalan ch kyon nahi tusi kiti ho taaki berozgari jehdi ghat di is to ja dekho jehdi conservative da matlab ki hai ji conservative da matlab eh hai vi tusi log ta eh kehnde ne ke ameeran di party hai nahi mere hisab de naal kush kehnde hai specially opposition de member zarur kehnde hone ameeran di party hai par main aap de aap nu ameer nahi samajhda ga jinne bhain bhra mere naal meri madad karde hai ja conservative party di support karde jinna nu main janda oh aap de aap nu ameer nahi samajhde ge eh jehdi party hai it is party of average canadian mere sahab apni gal baat ise tarah jari rahegi assi lene ik choti ji break तो बाद असी फिर गलबात कर जा रहे हैं परमगिल जी नाल गिल साहब अज तक कनेडा जिहड़ा सी वह दुनिया भर के न्यूट्रल मनिया जाता सी कई थावां ते इन्हां नूं जिवें आपां कह दईए विचोले दे तौर ते कई थावां ते कनेडा नूं शामिल किया जाता सी अफगानिस्तान दी नाल अमरीका ने जदों अटैक होया उन्हां दे कीता इस तों बाद दे विच उन्हां ने इराक दे नाल जदों जंग हुई कनेडा हमेशा दूसरी कतार च रहा पर जो हूँ जोड़ा है आईसीसी आईसीएस के नाल जो हुई गल तो उत्थे कनेडा सब तो अगे जाके जोड़ा है की गल थोड़े ख्याल से कनेडा इस चीज़ नाल दुनिया के बखरे रूप नहीं आ गया देखो जी पहली गल तो आप देखना पैना भी अपने मुल्क दे विच जदों तुहाडे घर दे विच आ के तुहानू कोई ललकारदा है जां तुहाडे कोई अटैक हुंदा है ऑफकोर्स उदों तुहानू पता लगता भी हुण सानू कुछ ना कुछ करना पैना हुण असीं पिछे बह के साडा सरना नहींगा आपां देखिया कि जिहड़े इत्थे कैनेडा दे विच अनफॉर्चुनेटली दो अटैक होए एक पार्लीमेंट दे उत्ते जिहड़ा अटैक होया तुसीं इमेजिन कर सकदे सी जे तुसीं इह अटैक मेरा ख्याल उस तों बाद नहीं होया जदों कैनेडा ने अपने जहाज़ जिहड़े उत्ते भेजे सीरिया दे विच उस तों बाद होया अटैक मेरा ख्याल यस बट कैनेडा तो हमेशा ही तुसी कह लो जे आप अपनी मिलिट्री की गल करते हैं कनेडियन आर्म फोर्सेस की गल करते हैं तुसी जहाजा की गल करते हैं कैनेडा हैज ऑलवेज सेंट देम चाहे वह ह्यूमैनिटेरियन चाहे वह पीस कीपिंग दे विच भेजिया चाहे वह किसी एलाइड की मदद करने वास्ते भेजिया एज अ कोलिशन पर आप देखना पैना कि जिस तरह मैं पहला मैनशन किया हूँ जो अपने पार्लीमेंट के उत्ते अटैक होया जे तुसी कुछ साल किसी भी पुछ लो भी ये हो सकता तो कोई नहीं नहीं जी कनेडा तो बहुत ही शांत भाई जिहड़ा मुल्क है तो इत्थे इह जी कोई वारदात नहीं हो सकती क्वेबेक दे विच जिहड़ा मैंबर ऑफ कनेडियन आर्म फोर्सेस वो इनोसेंट इंडिविजुअल उहदी विचारे की मौत होगी उस दे नाल नाल जिहड़े अपने यंग बच्चे है जिहड़ा यूथ है इत्थे कैनेडा दे विच आपां देखिया कि बहुत सारे इंसीडेंट जिहड़ियां टेरेबल ऑर्गनाइजेशन जिहड़ियां टेररिस्ट ऑर्गनाइजेशन सच एज आईसिस वो अपने बच्चों नूं रिक्रूट कर रहे हैं वो टारगेट कर रहे हैं देर आर सो मैनी एग्जाम्पल्स कि इत्थे जिहड़े इत्थों दे जंपल बच्चे है उन्हां नूं टारगेट करके उन्हां रिक्रूट करके उत्थे लिजा के वह अपनी जिहड़ी मिशन दे विच उन्हां नूं इंप्लॉय कर रहे हैं सो वी इट्स आर रिस्पोंसिबिलिटी मैं कहना कि हर एक गवर्नमेंट चाहे वह म्युनिसिपल होवे प्रोविंशियल होवे चाहे वह फैडरल उन्हां दी फर्स्ट एंड फॉरमोस्ट रिस्पोंसिबिलिटी यह हुंदी है वी अपने जिहड़े सिटीजनस आ उन्हां नूं सेफ रखना उन्हां नूं किस तरह सेफ रखना यह साडी भी रिस्पोंसिबिलिटी है यह असीं समझदे हां एट द सेम टाइम
we also have a certain obligations to the world under the UN with our NATO countries. So Canada hun farz kar lo Syria de vich ja Iraq de vich ha utthe ISIS di jehdi ladai lad reha hai oh kalla Canada nahi lad reha. Canada is just a small part par of Canada sab to agge ho ke ta lad reha nahi bilkul nahi ji sare nalon agge tusi sare nalon agge je tusi military capacity di gal kar lo ja tusi members of the armed forces jehde hege ha is led by US US Britain Australia, others, they are in lead. Canada is playing a role. Canada is playing its role, but at a small level. Apne ta utthe 6 fighter jet bheje hai ji utthe tusi keh lo vi hun 6 ne utthe ladai utthe maka ke ja sare oh middle east de vich ja ke ladke oh jit ke ta nahi aa jange ji hun tusi door to door ja rahe ho vota mangan de layi tusi bill c51 pass kita koi sawal karda ohde bare ch bahut ghat ਭੈਣ ਭਰਾ ਪੁੱਛਦੇ ਜ਼ਰੂਰ ਹੈ ਉਹ ਕਲੈਰੀਫਿਕੇਸ਼ਨ ਪੁੱਛਦੇ ਵੀ ਅਸੀਂ ਮੀਡੀਆ ਦੇ ਵਿੱਚ ਆਹ ਗੱਲਾਂ ਸੁਣ ਰਹੇ ਜਾਂ ਆਪੋਜੀਸ਼ਨ ਇਹ ਕਹਿ ਰਹੇ ਵੀ ਇਹ ਸੱਚਾਈ ਹੈ ਐਬਸੋਲੂਟਲੀ ਆਪੋਜੀਸ਼ਨ ਤਾਂ NDP ਕਹਿ ਰਹੀ ਆ ਕਿ ਅਸੀਂ ਰੱਦ ਕਰ ਦਾਂਗੇ ਜਦਕਿ ਜਸਟਿਨ ਟਰੂਡੋ ਜਿਨ੍ਹਾਂ ਨੇ ਤੁਹਾਡੀ ਮਦਦ ਵੀ ਕੀਤੀ ਪਾਰਟੀ ਦੀ ਬਿੱਲ ਪਾਸ ਕਰਨ ਦੇ ਵਿੱਚ ਹੁਣ ਉਹ ਕਹਿ ਰਹੇ ਨੇ ਕਿ ਅਸੀਂ ਉਹਦੇ 'ਚ ਕੁਝ ਚੇਂਜਸ ਲਿਆਵਾਂਗੇ ਕੰਜ਼ਰਵੇਟਿਵ ਪਾਰਟੀ ਹੈਜ਼ ਅ ਰੈਕਰਡ ਫੋਰ ਸਟੈਂਡਿੰਗ ਅਪ ਵਾਟਸ ਰਾਈਟ ਨਾਟ ਵਟ ਵਿਲ ਵਿਨ ਦਮ ਦ ਮੋਸਟ ਨੰਬਰ ਆਫ ਵੋਟਸ ਆਪੋਜੀਸ਼ਨ ਵਾਲੇ ਕੀ ਕਰ ਰਹੇ ਆ ਉਹਨਾਂ ਨੂੰ ਪਤਾ ਵੀ ਇਲੈਕਸ਼ਨ ਦਾ ਸੀਜ਼ਨ ਹੈ ਇਲੈਕਸ਼ਨ ਚੱਲ ਰਿਹਾ ਜਿਹੜੀ ਚੀਜ਼ ਲੋਕ ਸੁਣਨਾ ਚਾਹੁੰਦੇ ਆ ਜਿਹੜੀਆਂ ਪ੍ਰੋਮਿਸਿਸ ਉਹ ਸੁਣਨਾ ਚਾਹੁੰਦੇ ਉਹੀ ਉਹ ਕਰੀ ਜਾਂਦੇ ਚਾਹੇ ਉਹ ਕੱਲ੍ਹ ਨੂੰ ਡਿਲੀਵਰ ਕਰ ਸਕਣ ਜਾਂ ਨਾ ਕਰ ਸਕਣ ਉਹਦੀ ਗੱਲ ਹੀ ਉਹਨਾਂ ਦਾ ਫਿਕਰ ਨਹੀਂ ਮੈਂ ਲਿਬਰਲ ਦੀ ਫੋਰ ਇੰਸਟੈਂਸ ਗੱਲ ਕਰਦਾ ਜੇ ਆਪਾਂ ਈਵਨ 93 ਦੀ ਇਲੈਕਸ਼ਨ ਦੀ ਗੱਲ ਕਰ ਲਈਏ ਜਦੋਂ ਇਹਨਾਂ ਦੀ ਮੈਜੋਰਟੀ ਆਈ ਸੀਗੀ ਉਦੋਂ ਆਪਾਂ ਨੂੰ ਸਾਰੇ ਕੈਨੇਡੀਅਨਸ ਨੂੰ ਯਾਦ ਹੋ ਕਿ ਇਹਨਾਂ ਨੇ ਇੱਕ ਰੈੱਡ ਬੁੱਕ ਲਾਂਚ ਕੀਤੀ ਸੀਗੀ ਉਹਦੇ ਵਿੱਚ ਬਹੁਤ ਸਾਰੀਆਂ ਪ੍ਰੋਮਿਸਿਸ ਕੀਤੀਆਂ ਸੀ ਉਹਦੇ ਵਿੱਚ ਇੱਕ ਪ੍ਰੋਮਿਸ ਇਹ ਵੀ ਸੀਗੀ ਵੀ ਆ ਜਿਹੜੀ GST ਹੈ ਉਦੋਂ ਇੰਪਲੀਮੈਂਟ ਕੀਤੀ ਸੀ ਵੀ ਸਾਡੀ ਸਰਕਾਰ ਬਣਨ ਸਾਰ ਇਹ GST ਅਸੀਂ ਅਬੋਲਿਸ਼ ਕਰ ਦਿਆਂਗੇ ਅਸੀਂ ਇਹਨੂੰ ਇਲਿਮੀਨੇਟ ਕਰ ਦਿਆਂਗੇ ਲਿਬਰ ਵਾਲੇ ਨੇ 1% ਜਿਹੜੀ ਹੈਗੀ ਹੈ GST ਘਟਾਈ ਨਹੀਂ ਅੰਟਿਲ 2006 ਜਦੋਂ ਪ੍ਰਾਈਮ ਮਿਨਿਸਟਰ ਸਟੀਵਨ ਹਾਰਪਰ ਬਣਿਆ 7 ਤੋਂ ਪਹਿਲਾਂ 6% ਕੀਤੀ ਫਿਰ 5% ਕੀਤੀ ਸੋ ਇਹੋ ਜਿਹੀਆਂ ਅਣਗਿਣਤ ਐਗਜ਼ਾਮਪਲ ਹੈ ਜੀ ਜੇ ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰ ਲਓ ਜੇ ਇਮੀਗ੍ਰੇਸ਼ਨ ਦਾ ਤੁਸੀਂ ਬਹੁਤ ਜ਼ਿਆਦਾ ਜੇ ਦੇਖਿਆ ਜਾਵੇ ਆਪਣੀ ਕਮਿਊਨਿਟੀ ਕਾਫੀ ਇਸ ਗੱਲ ਤੋਂ ਪਰੇਸ਼ਾਨ ਆ ਕਿ ਪੇਰੈਂਟਸ ਦੇ ਕੇਸ ਸੀ ਉਹ ਤੁਸੀਂ ਬੰਦ ਕਰਕੇ ਇੱਕ ਨਵਾਂ ਵੀਜ਼ਾ ਸ਼ੁਰੂ ਕਰ ਦਿੱਤਾ ਜਿਹੜਾ ਹੈਗਾ ਅਤੇ ਉਸ ਤੋਂ ਬਾਅਦ ਜਿਹੜੇ ਹੁਣ ਹਸਬੈਂਡ ਵਾਈਫ ਦੇ ਕੇਸ ਨੇ ਉਹਨਾਂ ਨੂੰ ਵੀ 17-17 ਮਹੀਨੇ ਲੱਗ ਰਹੇ ਨੇ ਡਿਲੇ ਉਹੀ ਲਿਬਰਲ ਵਾਲੀ ਗੱਲ ਫਿਰ ਹੋ ਗਈ ਬਿਲਕੁਲ ਜੀ ਮੈਂ ਤੁਹਾਡਾ ਕੁਐਸਚਨ ਆਨਸਰ ਕਰਦਾ ਪਹਿਲੀ ਗੱਲ ਤਾਂ ਮੈਂ ਇਹ ਕਹਾਂਗਾ ਕਿ ਜਦੋਂ 2006 ਦੇ ਵਿੱਚ ਕੰਜ਼ਰਵੇਟਿਵ ਸਰਕਾਰ ਆਈ ਹੈ ਵੀ ਇਨਹੈਰਿਟਿਡ ਅ ਮੈਸ ਦਿਸ ਇਜ਼ ਦੀ ਮੈਸ ਦੈਟ ਵਾਸ ਕ੍ਰੀਏਟਡ ਬਾਈ ਦਾ ਲਿਬਰਲਸ ਇਹਨਾਂ ਦੀ ਫਿਲਾਸਫੀ ਇਹ ਰਹੀ ਹੈ ਵੀ ਐਂ ਕਰੋ ਤੁਸੀਂ ਐਪਲੀਕੇਸ਼ਨਾਂ ਲਈ ਚੱਲੋ ਨਾਲ ਐਪਲੀਕੇਸ਼ਨ ਦੇ ਫੀਸ ਦਾ ਚੈੱਕ ਵੀ ਲੈ ਲਓ ਅਤੇ ਉਹਨੂੰ ਕਰਾ ਲਓ ਜਮ੍ਹਾਂ ਪੈਸੇ ਵਰਤੋ ਅਤੇ ਐਪਲੀਕੇਸ਼ਨ ਇੱਥੇ ਪਾਸੇ ਰੱਖ ਦਿਓ ਜਦੋਂ ਆਪਣਾ ਟਾਈਮ ਲੱਗੂਗਾ ਜਾਂ ਵਾਰੀ ਆਊਗੀ ਦੇਖੀ ਜਾਊਗੀ ਮੈਨੂੰ ਯਾਦ ਹੈ ਜੀ ਮੈਂ ਵੀ ਪਿਛਲੇ ਇਲੈਕਸ਼ਨ ਤੋਂ ਪਹਿਲਾਂ ਭੈਣਾਂ ਭਰਾਵਾਂ ਨਾਲ ਗੱਲਬਾਤ ਕਰ ਰਿਹਾ ਸੀ ਡੋਰ ਨੋਕਿੰਗ ਕਰ ਰਿਹਾ ਸੀ ਕਈ ਤਾਂ ਬਹੁਤ ਸਾਲ ਉਸ ਤੋਂ ਪਹਿਲਾਂ ਦਾ ਮੈਂ ਪੋਲੀਟਿਕਸ ਦੇ ਵਿੱਚ ਜਾਂ ਕਮਿਊਨਿਟੀ ਦੇ ਨਾਲ ਇਨਵੋਲਵਡ ਹੈ ਇਮੀਗ੍ਰੇਸ਼ਨ ਮੇਰੀ ਇੱਕ ਐਕਸਪਰਟੀਜ਼ ਆ ਤੁਸੀਂ ਕਹਿ ਲਓ ਸੋ ਜਦੋਂ 8 ਤੋਂ 10 ਸਾਲ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਦੀਆਂ ਐਪਲੀਕੇਸ਼ਨਾਂ ਨੂੰ ਲੱਗ ਰਹੇ ਸੀ ਇਹ ਕੋਈ ਨਵਾਂ ਫਿਨੋਮਨਾ ਨਹੀਂਗਾ ਸਾਡੀ ਸਰਕਾਰ ਨੇ ਕੀ ਕੀਤਾ ਦੇਖੋ ਉਸ ਟਾਈਮ ਜਿਹੜੇ ਪੇਰੈਂਟਸ ਆਉਂਦੇ ਸੀ ਲੋਕਾਂ ਦਾ ਇਹ ਕਹਿਣਾ ਕਿ ਉਹ ਘੱਟੋ ਘੱਟ ਆ ਕੇ ਕਈ ਇੱਥੇ ਜਿਹੜੀਆਂ ਫੈਸਿਲਿਟੀਆਂ ਮਿਲਦੀਆਂ ਸੀ ਪੈਨਸ਼ਨ ਜਾਂ ਹੋਰ ਚੀਜ਼ਾਂ ਦੇ ਹੱਕਦਾਰ ਹੋ ਜਾਂਦੇ ਸੀ ਪਰ ਜਿਹੜੇ ਹੁਣ ਤੁਸੀਂ ਫਾਸਟ ਵੀਜ਼ਾ ਸ਼ੁਰੂ ਕੀਤਾ ਉਹਦੇ ਨਾਲ ਆ ਤਾਂ ਜਾਂਦੇ ਨੇ ਪਰ ਹਰ ਪੇਰੈਂਟਸ ਨੂੰ ਪੁਲਰ ਸਾਹਿਬ ਲੈਟ ਮੀ ਐਕਸਪਲੇਨ ਯੂ ਤੁਸੀਂ ਮੈਨੂੰ 2 ਮਿੰਟ ਜ਼ਰੂਰ ਦਿਓ ਫਿਨਿਸ਼ ਕਰ ਦੀ ਮੈਨੂੰ ਤੁਸੀਂ ਕੱਟ ਨਾ ਕਰਿਓ ਜੀ ਮੈਂ ਤੁਹਾਨੂੰ ਇਹ ਸਮਝਾਉਣਾ ਚਾਹੁੰਦਾ ਕਿ ਪਹਿਲਾਂ ਜਦੋਂ 8 ਤੋਂ 10 ਸਾਲ ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ ਲੱਗ ਰਹੇ ਸੀਗੇ ਨਾ ਉਦੋਂ ਉਹਨਾਂ ਨੂੰ ਟੈਂਪਰੇਰੀ ਜਿਹੜਾ ਵੀਜ਼ਾ ਉਹ ਵੀ ਨਹੀਂ ਮਿਲਦਾ ਸੀਗਾ ਕਿਉਂਕਿ ਮੈਂ ਇਹਦੇ ਵਿੱਚ ਇਨਵੋਲਵ ਰਿਹਾ ਉਦੋਂ ਇਹ ਕਹਿੰਦੇ ਸੀ ਇਮੀਗ੍ਰੇਸ਼ਨ ਡਿਪਾਰਟਮੈਂਟ ਵਾਲੇ ਵੀ ਦੇਖੋ ਤੁਹਾਡੀ ਐਪਲੀਕੇਸ਼ਨ ਲੱਗੀ ਹੋਈ ਆ ਤੁਹਾਡੇ ਬੱਚੇ ਉੱਥੇ ਆ ਤੁਸੀਂ ਇੱਕ ਵਾਰੀ ਤੁਹਾਨੂੰ ਵੀਜ਼ਾ ਦੇ ਤਾ ਤੁਸੀਂ ਮੁੜ ਕੇ ਤਾਂ ਆਉਣਾ ਹੀ ਨਹੀਂਗਾ ਵਾਜ਼ ਇਟ ਰੇਅਰਲੀ ਕਿਸੇ ਫੈਮਿਲੀ ਨੂੰ ਵੀਜ਼ਾ ਮਿਲਦਾ ਸੀਗਾ ਸੋ ਜਦੋਂ ਸੁਪਰ ਵੀਜ਼ਾ ਮਿਨਿਸਟਰ ਜੇਸਨ ਕੈਨੀ ਨੇ ਆ ਕੇ ਸਾਡੀ ਸਰਕਾਰ ਨੇ ਲਾਂਚ ਕੀਤਾ ਉਹਦੇ ਵਿੱਚ ਕੀ ਹੈ ਕਿ 10 ਸਾਲਾਂ ਦਾ ਮਲਟੀਪਲ ਐਂਟਰੀ ਵੀਜ਼ਾ ਮਿਲਦਾ ਪਹਿਲੀ ਗੱਲ ਤਾਂ ਇਹ ਹੈ ਉਹਦਾ ਜਿਹੜਾ ਅਪਰੂਵਲ ਰੇਟ ਹੈ 80% ਤੋਂ ਤਕਰੀਬਨ ਉੱਤੇ ਆ ਸੋ ਪੇਰੈਂਟਸ ਆਉਂਦੇ ਆ ਉਹਨਾਂ ਦੀ ਐਪਲੀਕੇਸ਼ਨ ਨਾਲ ਦੀ ਨਾਲ ਚੱਲੀ ਜਾਂਦੀ ਹੈ ਘੱਟੋ ਘੱਟ ਉਹ ਆ ਕੇ ਆਪਣੇ ਬੱਚਿਆਂ ਦੇ ਨਾਲ ਆਪਣੇ ਗ੍ਰੈਂਡ ਕਿਡਸ ਦੇ ਨਾਲ ਟਾਈਮ ਤਾਂ ਸਪੈਂਡ ਕਰ ਸਕਦੇ ਆ ਵੀ ਸਕਦੇ ਜਾ ਵੀ ਸਕਦੇ ਆ ਇੰਸ਼ੋਰੈਂਸ ਕਿੰਨੀ ਕੁ ਦੇ ਆਫ ਕੋਰਸ ਇੰਸ਼ੋਰੈਂਸ ਉਹਨਾਂ ਨੂੰ ਮੈਡੀਕਲ ਇੰਸ਼ੋਰੈਂਸ ਲੈਣੀ ਪੈਂਦੀ ਜਿਹਦੀ ਵੈਲਿਊ ਐਵਰੇਜ ਤੁਸੀਂ ਕਹਿ ਲਓ ਵੀ ਗਿਵ ਔਰ ਟੇਕ $1500 ਸਾਲ ਦੀ ਹੈ ਇਹ ਉਹਨਾਂ ਵਾਸਤੇ ਕੋਈ ਸਰਕਾਰ ਦੀ ਫੀਸ ਨਹੀਂ ਗੀ ਇਹ ਤਾਂ ਉਹਨਾਂ ਦੇ ਬੈਨੀਫਿਟ ਵਾਸਤੇ ਆ ਵੀ ਰੱਬ ਨਾ ਕਰੇ ਉਹ ਇੱਥੇ ਆਉਂਦੇ ਆ ਆ ਕੇ ਉਹ ਢਿੱਲੇ ਮੱਸੇ ਹੋ ਜਾਂਦੇ ਆ ਕੋਈ ਉਹਨਾਂ ਨੂੰ ਹਸਪੀਟਲ ਦੇ ਵਿੱਚ ਜਾਣਾ ਪੈਂਦਾ ਦੇ ਆਰ ਪ੍ਰੋਟੈਕਟਿਡ ਹੁਣ ਮੈਂ ਤੁਹਾਨੂੰ ਹੋਰ ਵੀ ਐਗਜ਼ਾਮਪਲ ਦੇ ਦੇਣਾ ਬਹੁਤ ਸਾਰੀਆਂ ਫੈਮਲੀਆਂ ਇਹ ਜੀਆਂ ਵੀ ਹੈ ਜਿਨ੍ਹਾਂ ਨੂੰ ਰੈਗੂਲਰ ਵੀਜ਼ਾ ਲੱਗਾ ਜਿਨ੍ਹਾਂ ਨੇ ਮੈਡੀਕਲ ਇੰਸ਼ੋਰੈਂਸ ਨਹੀਂ ਲਿਆ ਸੀ ਇੱਥੇ ਆ ਕੇ ਉਹਨਾਂ ਦੇ ਪੇਰੈਂਟਸ ਨੂੰ ਕੋਈ ਕਹਿ ਲਓ ਵੀ ਕਿਸੇ ਕਾਰਨ ਹਸਪੀਟਲ ਜਾਣਾ ਪਿਆ ਦਾਖਲ ਹੋਣਾ ਪਿਆ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਸਟ੍ਰੋਕ ਹੋ ਗਿਆ
ਤੇ ਆਈ ਨੋ ਫੈਮਲੀਜ਼ ਜਿਨ੍ਹਾਂ ਦਾ ਬਿੱਲ ਹੋਸਪਿਟਲ ਦੇ ਵਿੱਚ 40-50 ਹਜ਼ਾਰ ਡਾਲਰ ਬਣ ਗਿਆ। ਉਹ ਬਾਅਦ ਦੇ ਵਿੱਚ ਸਾਨੂੰ ਕਹਿੰਦੇ ਆ ਵੀ ਤੁਸੀਂ ਦੱਸੋ ਜੀ ਕੁਛ ਨਾ ਕੁਛ ਕਰੋ, ਇਹ ਬਿੱਲ ਘਟਾਓ। ਵੀ ਥੈਂਕ ਗੋਡ ਜੇ ਸਾਨੂੰ ਕਿਤੇ ਦੱਸਿਆ ਹੁੰਦਾ ਤਾਂ ਸਾਨੂੰ ਫੋਰਸ ਕੀਤਾ ਹੁੰਦਾ ਵੀ ਇਹ $1500 ਦੀ ਇੰਸ਼ੋਰੈਂਸ ਪੋਲਿਸੀ ਲੈਣੀ ਹੈ, ਅਤੇ ਸਾਨੂੰ ਕਿਸੇ ਨੇ ਕਨਵਿੰਸ ਕੀਤਾ ਹੁੰਦਾ ਤਾਂ ਅੱਜ ਸਾਡੀ ਜਾਨ ਬਚ ਜਾਣੀ ਸੀਗੀ। ਇਮੀਗ੍ਰੇਸ਼ਨ ਦੇ ਨਾਲ ਹੀ ਵੀਜ਼ਿਆਂ ਦੀ ਗੱਲ ਚੱਲ ਰਹੀ, ਆਪਾਂ ਕਬੱਡੀ ਵਾਲਿਆਂ ਨੂੰ ਕਿੰਨੇ ਕੁ ਵੀਜ਼ੇ ਦਵਾਏ? ਬੜੀ ਚਰਚਾ ਕਿ ਪਰਮ ਗਿੱਲ ਇੱਕੋ ਇੱਕ MPC ਜਿਹਨਾਂ ਸਭ ਤੋਂ ਵੱਧ ਵੀਜ਼ੇ ਦਵਾਏ, ਕਿੰਨੇ ਕੁ ਦਵਾਏ? ਨਹੀਂ ਦੇਖੋ ਜੀ, ਮੈਂ ਸਿਰਫ ਕਬੱਡੀ ਨਹੀਂ, ਮੈਂ ਚਾਹੇ ਕੋਈ ਗਾਉਣ ਵਾਲਾ ਹੋਵੇ, ਚਾਹੇ ਗੁਰਦੁਆਰੇ ਦੇ ਰਾਗੀ ਜੱਥੇ ਹੋਣ, ਚਾਹੇ ਰੈਗੂਲਰ ਕਿਸੇ ਵੀ ਭੈਣ ਭਰਾ ਦਾ ਕੰਮ ਹੋਵੇ, ਮੈਂ ਹਮੇਸ਼ਾ ਕੋਸ਼ਿਸ਼ ਜ਼ਰੂਰ ਕਰਦਾ ਦਿਲੋਂ ਵੀ ਹਰ ਇੱਕ ਦਾ ਕੰਮ ਹੋਵੇ। ਹਰ ਇੱਕ ਕੰਮ ਨਹੀਂ ਵੀ ਹੁੰਦਾ ਗਾ, ਮੈਜੋਰਟੀ ਹੋ ਵੀ ਜਾਂਦੇ ਆ। ਸੋ ਆਫਕੋਰਸ ਕਬੱਡੀ ਦੇ ਵਿੱਚ ਆਪਾਂ ਦੇਖਿਆ ਕਿ ਓਵਰ ਦਾ ਈਅਰਸ ਹੰਡਰਡਸ ਦੇ ਹਿਸਾਬ ਦੇ ਨਾਲ ਵੀਜ਼ੇ ਲੱਗੇ ਆ। ਇਸ ਸਾਲ ਵੀ ਤਕਰੀਬਨ 100 ਵੀਜ਼ੇ ਜਿਹੜੇ ਹੈਗੇ ਆ ਕਬੱਡੀ ਪਲੇਅਰਾਂ ਦੇ ਲੱਗੇ ਓਨਟੇਰੀਓ, ਅਲਬਰਟਾ ਅਤੇ BC ਦੇ ਵਿੱਚ ਬਹੁਤ ਸਕਸੈਸਫੁਲ ਟੂਰਨਾਮੈਂਟਸ ਰਹੇ। ਸੋ ਸਾਨੂੰ ਦੇਖ ਕੇ ਖੁਸ਼ੀ ਹੁੰਦੀ ਹੈ ਜੀ। ਆਪਣੀ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ, ਤੁਸੀਂ ਕਿਤੇ ਨਹੀਂ ਜਾਣਾ, ਅਸੀਂ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ। ਉਸ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਗਿੱਲ ਸਾਹਿਬ, ਤੁਸੀਂ ਪ੍ਰਾਈਮ ਮਿਨਿਸਟਰ ਹਰਪੁਰ ਸਾਹਿਬ ਦੇ ਬੜਾ ਕਲੋਜ਼ ਰਹੇ ਹੋ, 4 ਸਾਲ ਬੜਾ ਨੇੜੇ ਹੋ ਕੇ ਉਹਨਾਂ ਨੂੰ ਤੱਕਿਆ। ਆਪੋਜੀਸ਼ਨ ਵਾਲੇ ਗੱਲ ਕਰ ਰਹੇ ਨੇ ਕਿ ਉਹ ਕਿਸੇ ਨੂੰ ਗੱਲ ਹੀ ਨਹੀਂ ਕਰਨ ਦਿੰਦੇ, ਨਾ MP ਨੂੰ ਨਾ ਮੰਤਰੀ ਨੂੰ, ਇੱਕ ਦੋ ਮੰਤਰੀਆਂ ਤੋਂ ਬਿਨਾਂ ਬਾਕੀ ਕੋਈ ਬਿਆਨ ਹੀ ਨਹੀਂ ਦੇ ਸਕਦਾ। ਤੁਹਾਡੇ 'ਤੇ ਵੀ ਰੋਕ ਲਾਤੀ ਜੀ ਵੀ ਕਿ ਕੋਈ ਵੀ ਮੀਡੀਆ ਦੇ ਵਿੱਚ ਨਹੀਂ ਜਾਊਗਾ, ਕਿੱਥੇ ਕੁ ਤੱਕ ਸੱਚ ਨੇ ਇਹ ਗੱਲਾਂ? ਬਿਲਕੁਲ ਨੌਨਸੈਂਸ ਹੈ ਜੀ ਟੋਟਲ। ਮੈਂ ਕਹਾਂਗਾ, ਮੈਂ ਤੁਹਾਡੇ ਨਾਲ ਇੱਥੇ ਬੈਠਾ, ਖੁੱਲ੍ਹੀ ਆਪਾਂ ਗੱਲਬਾਤ ਕਰ ਰਹੇ ਹਾਂ, ਤੁਸੀਂ ਕੋਈ ਵੀ ਕੁਐਸਚਨ ਮੈਨੂੰ ਪੁੱਛ ਸਕਦੇ, ਮੈਂ ਆਨਸਰ ਦਿੰਦਾ। ਰੈਗੂਲਰਲੀ ਰੇਡੀਓ ਪ੍ਰੋਗਰਾਮ 'ਤੇ ਜਾਈਦਾ, ਇੰਟਰਵਿਊਜ਼ ਦੇਈਦੀਆਂ। ਐਜ਼ ਅ ਮੈਟਰ ਫੈਕਟ, ਜੇ ਕੋਈ ਵੀ ਭੈਣ ਭਰਾ ਮੇਰੇ ਫੇਸਬੁੱਕ ਪੇਜ 'ਤੇ ਜਾ ਕੇ ਦੇਖ ਲਵੇ, ਜਿੰਨੀਆਂ ਵੀ ਮੈਂ ਨੈਸ਼ਨਲ ਜਿਹੜੇ ਨੈਸ਼ਨਲ TV ਜਾਂ ਨੈਸ਼ਨਲ ਪ੍ਰੋਗਰਾਮਾਂ 'ਤੇ ਪੈਨਲਸ ਮੈਂ ਕੀਤੇ ਆ, ਚਾਹੇ ਮੇਰੀ ਕਪੈਸਿਟੀ ਦੇ ਵਿੱਚ ਐਜ਼ ਅ ਮੈਂਬਰ ਆਫ ਪਾਰਲੀਮੈਂਟ, ਚਾਹੇ ਜਦੋਂ ਮੈਂ ਪਾਰਲੀਮੈਂਟਰੀ ਸੈਕਟਰੀ ਵੈਟਰਨਸ ਅਫੇਅਰਸ ਦਾ ਰਿਹਾ, ਚਾਹੇ ਮੈਂ ਪਾਰਲੀਮੈਂਟਰੀ ਸੈਕਟਰੀ ਜਦੋਂ ਦਾ ਇੰਟਰਨੈਸ਼ਨਲ ਟ੍ਰੇਡ ਦਾ ਰਿਹਾ, ਰੈਗੂਲਰਲੀ ਆਈ ਗੋ ਐਂਡ ਆਈ ਰੈਪ੍ਰਜੈਂਟ ਆਰ ਗਵਰਨਮੈਂਟ ਐਜ਼ ਅ ਪਾਰਟ ਆਫ ਦ ਕੰਸਰਵੇਟਿਵ ਕਾਕਸ, ਤੁਸੀਂ ਕਹਿ ਲਓ। ਉਹਦੇ ਵਿੱਚ ਇੱਕ NDP ਵਾਲਾ ਹੁੰਦਾ, ਇੱਕ ਲਿਬਰਲ ਵਾਲਾ ਹੁੰਦਾ ਮੈਂ, ਅਤੇ ਰੈਗੂਲਰਲੀ ਸਾਡੇ ਜਿੰਨੇ ਵੀ ਕੋਲੀਗਸ ਹੈ ਉਹ ਸਾਰੇ ਇਹ ਕਰਦੇ ਆ। ਜੇ ਤੁਸੀਂ ਹਾਊਸ ਆਫ ਕਾਮਨਸ ਦੇ ਵਿੱਚ ਵੀ ਦੇਖੋ ਸਾਡਾ ਰੈਕਰਡ, ਵੈਨ ਇਟ ਕਮਸ ਟੂ ਫਰੀ ਵੋਟ, ਜਿਹੜੇ ਪ੍ਰਾਈਵੇਟ ਮੈਂਬਰਸ ਬਿੱਲਸ ਦੇ ਹੋਵੇ ਜਾਂ ਜਿਹੜੇ ਬਿੱਲਸ ਜਿਹੜੇ ਗਵਰਨਮੈਂਟ ਨੇ ਨਹੀਂ ਇੰਟਰਡਿਊਸ ਕੀਤੇ, ਚਾਹੇ ਉਹ ਆਪੋਜੀਸ਼ਨ ਵੱਲੋਂ ਇੰਟਰਡਿਊਸ ਕੀਤੇ ਗਏ ਆ, ਜੇ ਤੁਸੀਂ ਉਹਨਾਂ ਦਾ ਰੈਕਰਡ ਚੈੱਕ ਕਰੋ, ਕੰਜ਼ਰਵੇਟਿਵ ਕਾਕਸ ਦਾ ਨੰਬਰ 1 ਜੀ, ਤੁਸੀਂ ਕਹਿ ਲਓ ਵੀ ਫਰੀ ਵੋਟ ਦਾ ਜਿਹੜਾ ਰੈਕਰਡ ਹੈ, ਵੀ ਆਰ ਦੀ ਨੰਬਰ 1। NDP ਕਿਸੇ ਵੀ NDP ਦਾ ਲੀਡਰ ਜਿਹੜਾ ਆਪਣੇ ਮੈਂਬਰ ਨੂੰ ਇੱਧਰ ਉੱਧਰ ਅੱਖ ਨਹੀਂ ਫਰਕਣ ਦਿੰਦਾ ਗਾ। ਉਸ ਦੇ ਨਾਲ ਨਾਲ ਜਸਟਿਨ ਟਰੂਡੋ ਦਾ ਰੈਕਰਡ ਵੀ ਤਕਰੀਬਨ ਸੇਮ ਹੈ, ਅਦਰ ਦੈਨ ਵੈਰੀ ਫਿਊ। ਬਾਕੀ ਇਹ ਸਿਰਫ ਅਤੇ ਸਿਰਫ ਕੰਜ਼ਰਵੇਟਿਵ ਪਾਰਟੀ, ਕੰਜ਼ਰਵੇਟਿਵ ਦਾ ਹੀ ਕਾਕਸ ਦਾ ਰੈਕਰਡ ਹੈ ਕਿ ਜਿੰਨੀਆਂ ਵੀ ਫਰੀ ਵੋਟਸ ਆ ਸਾਰੇ ਤੋਂ ਜ਼ਿਆਦਾ ਕੰਜ਼ਰਵੇਟਿਵ ਮੈਂਬਰ ਪਾਉਂਦੇ ਆ। ਥੋੜ੍ਹੇ ਦਿਨ ਹੋ ਗਏ ਹਰਪੁਰ ਸਾਹਿਬ ਨੇ ਇੱਕ ਬਿਆਨ ਇਹ ਵੀ ਦਿੱਤਾ ਸੀ ਕਿ ਹੋ ਸਕਦਾ NDP ਜਾਂ ਲਿਬਰਲ ਦੀ ਸਰਕਾਰ ਬਣ ਜਾਵੇ, ਕੀ ਹਾਲ ਪਹਿਲਾਂ ਹੀ ਹਾਰ ਮੰਨ ਰਹੇ ਨੇ ਜਾਂ ਕੀ ਕਾਰਨ ਸੀ ਇਹਦੇ ਬਿਆਨ? ਨਹੀਂ, ਹਾਰ ਨਹੀਂ, ਇਹ ਰਿਐਲਿਟੀ ਹੈ। ਇਲੈਕਸ਼ਨ ਦੇ ਵਿੱਚ ਕੁਛ ਵੀ ਹੋ ਸਕਦਾ, ਨਥਿੰਗ ਇਜ਼ ਗਰੰਟਿਡ। ਵੀ ਕੋਈ ਗਰੰਟੀ ਵੀ ਆ ਰਹੇ ਨੇ ਕਿੱਥੇ ਖੜੇ ਨੇ, ਬਿਲਕੁਲ ਕੋਈ ਗਰੰਟੀ ਨਹੀਂ ਵੀ ਮੈਂ MP ਬਣਨਾ ਇਸ ਇਲੈਕਸ਼ਨ ਦੇ ਵਿੱਚ, ਕੋਈ ਗਰੰਟੀ ਨਹੀਂ ਵੀ ਹਰਪ੍ਰੀਤ ਨੇ ਪ੍ਰਾਈਮ ਮਿਨਿਸਟਰ ਬਣਨਾ, ਕੋਈ ਗਰੰਟੀ ਨਹੀਂ NDP ਲੀਡਰ ਦੀ ਜਾਂ ਜਸਟਿਨ ਟਰੂਡੋ ਦੀ। ਹੁਣ ਤੱਕ ਦੇ ਸਰਵੇ ਕੀ ਦੱਸ ਰਹੇ ਨੇ? ਦੇਖੋ ਜੀ, ਸਰਵੇ ਮੈਂ ਤੁਹਾਨੂੰ ਆਪਣੇ ਲੋਕਲ ਲੈਵਲ ਦੇ ਦੱਸ ਸਕਦਾ ਵੀ ਸਾਡੇ ਸਰਵੇ ਬਹੁਤ ਵਧੀਆ, ਬਹੁਤ ਵਧੀਆ ਪੋਜੀਸ਼ਨ ਦੇ ਵਿੱਚ, ਬਹੁਤ ਵਧੀਆ ਸਪੋਰਟ ਭੈਣਾਂ ਭਰਾਵਾਂ ਤੋਂ ਜਿਹੜੀ ਕਮਿਊਨਿਟੀ ਤੋਂ ਮਿਲ ਰਹੀ ਹੈ, ਅਤੇ ਨੈਸ਼ਨਲੀ ਐਜ਼ ਵੈਲ। ਜੇ ਹੁਣ ਮੈਂ ਇੱਥੇ ਤੁਹਾਨੂੰ ਬਹਿ ਕੇ ਕਹਾਂਗੇ ਅਸੀਂ 300 ਜਿਹੜੀਆਂ 38 ਦੀਆਂ 38 ਸੀਟਾਂ ਜਿੱਤ ਜਾਣੀਆਂ, ਉਹ ਪੋਸੀਬਲ ਨਹੀਂ ਗਾ। ਬਟ ਸਾਨੂੰ ਮੈਜੋਰਟੀ ਸਰਕਾਰ ਬਣਾਉਣ ਵਾਸਤੇ 170 ਸੀਟਾਂ ਚਾਹੀਦੀਆਂ। ਸੋ ਅਸੀਂ 170 ਸੀਟਾਂ ਜਿੱਤਾਂਗੇ ਕਿ ਨਹੀਂ, ਉਹ ਮੈਂ ਤੁਹਾਨੂੰ ਗਰੰਟੀ ਕਰਦਾ ਜੀ ਕਿ ਆਈ ਹੈਵ ਐਵਰੀ ਕੌਨਫੀਡੈਂਸ ਦੈਟ ਵੀ ਵਿਲ ਫੋਰਮ ਅ ਮੈਜੋਰਟੀ ਗਵਰਨਮੈਂਟ। ਕੈਨੇਡੀਅਨ ਅਲਬਰਟਾ ਦੇ ਵਿੱਚ ਪ੍ਰੋਵਿੰਸ ਦੇ ਵਿੱਚ ਜਿਹੜੀ ਤੁਹਾਡੀ ਪਾਰਟੀ ਬੁਰੀ ਤਰ੍ਹਾਂ ਹਾਰ ਗਈ ਉੱਥੇ? ਦੇਖੋ, ਦੇਰ ਆਰ ਰੀਜ਼ਨਸ। ਪਹਿਲੀ ਗੱਲ ਹੈ ਕਿਉਂਕਿ ਕੀ ਲੱਗਦਾ ਉਨੀ ਫਿਰ ਉੱਥੇ ਸੀਟਾਂ ਲੈ ਜਾਊਗਾ? ਮੈਂ ਤੁਹਾਡਾ ਕੁਐਸਚਨ ਆਨਸਰ ਕਰਦਾ ਜੀ। ਪਹਿਲੀ ਗੱਲ ਹੈ, ਤੁਸੀਂ ਪ੍ਰੋਵਿੰਸ਼ਲੀ ਗੱਲ ਕੀਤੀ ਹੈ PC ਪਾਰਟੀ ਦੀ ਅਲਬਰਟਾ ਦੇ ਵਿੱਚ। PC ਪਾਰਟੀ ਅਲਬਰਟਾ ਦੇ ਵਿੱਚ ਤੁਹਾਨੂੰ ਪਤਾ ਕਿ ਰੀਸੈਂਟ ਸਾਲਾਂ ਦੇ ਵਿੱਚ ਉਹ ਡਿਵਾਈਡ ਹੋ ਕੇ ਦੋ ਪਾਰਟੀਆਂ ਬਣ ਗਈਆਂ ਸੀ, ਇੱਕ PC ਦੀ PC ਬਣ ਗਈ ਅਤੇ ਇੱਕ PC ਦੀ ਵਾਇਲਡ ਰੋਜ਼ ਬਣ ਗਈ। ਉਹਨਾਂ ਦੀ ਵੋਟ ਸਪਲਿਟ ਹੋ ਗਈ ਅਤੇ NDP ਤੁਸੀਂ ਕਹੋ ਵੀ ਵਿੱਚ ਦੀ ਫੈਡਰਲ ਲੈਵਲ 'ਤੇ ਇਕੱਠੇ ਹੋ ਗਏ। ਫੈਡਰਲ ਲੈਵਲ 'ਤੇ ਸਿਰਫ ਉੱਥੇ ਸਿਰਫ ਕੰਜ਼ਰਵੇਟਿਵ ਪਾਰਟੀ ਹੈ, ਉੱਥੇ ਕੋਈ ਵਾਇਲਡ ਰੋਜ਼ ਪਾਰਟੀ ਨਹੀਂ, ਹੋਰ ਕੋਈ ਪਾਰਟੀ ਨਹੀਂ। ਵੀ ਆਰ ਓਨਲੀ ਫਾਈਟਿੰਗ ਐਨ ਇਲੈਕਸ਼ਨ ਅੰਡਰ 1 ਬੈਨਰ। ਓਨਟਾਰੀਓ 'ਚ ਕੀ ਲੱਗਦਾ ਤੁਹਾਨੂੰ, ਸਰਵੇ ਤਾਂ ਦੱਸ ਰਹੇ ਨੇ ਲਿਬਰਲ ਅੱਗੇ ਜਾ ਰਹੀ ਹੈ? ਦੇਖੋ ਜੀ, ਇਹ ਤਾਂ ਤੁਸੀਂ ਕਹੋ ਵੀ October 19 ਦੱਸੂਗਾ, ਤੁਸੀਂ ਸਰਵੇ ਤਾਂ ਅੱਜ ਵਾਲੇ ਦੇਖ ਲਓ, ਟੋਰਾਂਟੋ ਸਟਾਰ ਦੇ ਵਿੱਚ ਆਏ ਹੋਏ ਆ, ਉਹਨਾਂ ਦਾ ਕੀ ਹੈ ਮਾਹੌਲ। ਦੂਜੀ ਗੱਲ ਹੈ, ਲਿਬਰਲ ਜਿਹੜੀ ਸਰਕਾਰ ਇੱਥੇ ਓਨਟੇਰੀਓ ਦੇ ਵਿੱਚ ਹੈ, ਉਹਨਾਂ ਦੀ ਕਾਰਜਕਾਰੀ ਕੀ ਹੈ ਉਹ ਵੀ ਲੋਕਾਂ ਨੂੰ ਸਾਫ਼ ਪਤਾ। ਆ ਜਿਹੜੀ ਤੁਸੀਂ ਕਹਿ ਲਓ ਵੀ ਸੈਕਸ ਐਡ ਕਰਿਕੁਲਮ, ਜਿਹਦੇ ਉੱਤੇ ਲੋਕ
ਇੰਨੇ ਅਪਸੈਟ ਹੈ, ਇਟਸ ਅ ਨੰਬਰ 1 ਇਸ਼ੂ ਆਪਣੀ ਕਮਿਊਨਿਟੀ ਦੇ ਵਿੱਚ, ਪਰ ਇਹ ਪ੍ਰੋਵਿੰਸ ਦਾ ਇਸ਼ੂ ਨਹੀਂ ਹੈ। ਬਿਲਕੁਲ ਜੀ, ਪ੍ਰੋਵਿੰਸ ਦਾ ਇਸ਼ੂ ਹੈ, ਬਟ ਇਟਸ ਅ ਸੇਮ ਪਾਰਟੀ। ਆਪਾਂ ਦੇਖੀਏ, ਤੁਸੀਂ ਬ੍ਰੈਂਪਟਨ ਨੂੰ ਹਲਕੇ ਨਾਲ ਸੰਬੰਧਿਤ ਰੱਖਦੇ ਹੋ, ਬ੍ਰੈਂਪਟਨ ਦੀਆਂ ਸੜਕਾਂ ਦਾ ਬੁਰਾ ਹਾਲ ਦੇਖ ਲਓ, ਹਾਈਵੇ ਦਾ ਹਾਲ ਦੇਖ ਲਓ, ਕੋਈ ਯੂਨੀਵਰਸਿਟੀ ਨਹੀਂ ਇੱਥੇ, ਹਸਪਤਾਲਾਂ ਦਾ ਬੁਰਾ ਹਾਲ ਕੋਈ, ਜੇ ਦੇਖੀਏ ਪ੍ਰੋਵਿੰਸ ਦੇ ਮਾਮਲੇ ਤਾਂ ਹੋਰ ਹਰ ਪਾਸੇ ਨੇ, ਜਗ੍ਹਾ ਕਿਤੇ ਵੀ ਜਾਣਾ ਹੋਵੇ ਇੱਕ ਘੰਟਾ ਪਹਿਲਾਂ ਚੱਲਣਾ ਪੈਂਦਾ। ਇੱਕ ਸੈਕਿੰਡ ਵਾਸਤੇ ਕੀ ਕੀਤਾ ਬ੍ਰੈਂਪਟਨ ਲਈ? ਇੱਕ ਸੈਕਿੰਡ ਵਾਸਤੇ ਨਾ ਮੈਂ ਵਾਪਸ ਜਾ ਕੇ ਜਿਹੜਾ ਪਹਿਲਾਂ ਤੁਹਾਡਾ ਕੁਐਸਚਨ ਹੈ ਉਹ ਮੈਂ ਆਨਸਰ ਕਰਨਾ ਚਾਹੁੰਦਾ ਵੀ ਆਫਕੋਰਸ ਜਿਹੜੀ ਵਿਨ ਸਰਕਾਰ ਹੈ ਉਹ ਓਨਟੇਰੀਓ ਦੇ ਵਿੱਚ ਹੈ, ਪਰ ਜਿਹੜੀ ਲਿਬਰਲ ਦੀ ਆਈਡੀਓਲੋਜੀ ਹੈ ਨਾ ਜੀ ਉਹ ਸੇਮ ਹੀ ਹੈ, ਚਾਹੇ ਫੈਡਰਲ ਹੈ ਚਾਹੇ ਉਹ ਪ੍ਰੋਵਿੰਸ਼ੀਅਲ ਹੈ। ਹੁਣ ਆਪਾਂ ਦੇਖੀਏ ਜੇ ਪਹਿਲਾਂ ਜਾ ਕੇ 2004-5 ਲੈਵਲ ਦੀ ਜਦੋਂ ਇਹਨਾਂ ਨੇ ਸੇਮ ਸੈਕਸ ਦਾ ਜਿਹੜਾ ਕਾਨੂੰਨ ਪਾਸ ਕੀਤਾ ਸੀ ਫੈਡਰਲੀ, ਉਸ ਤੋਂ ਬਾਅਦ ਹੁਣ ਟਰੂਡੋ ਦੀ ਪਹਿਲੀ ਜਿਹੜੀ ਪ੍ਰਾਇੋਰਟੀ ਕੀ ਹੈ, ਅਸੀਂ ਮੈਰਵਾਨਾ ਲੀਗਲ ਕਰਨਾ ਜੀ ਜਿਹੜਾ ਬੱਚਿਆਂ ਦੀ ਜ਼ਿੰਦਗੀ ਖਰਾਬ ਕਰੂ। ਦੂਜੀ ਗੱਲ ਹੈ ਜਿਹੜੀਆਂ ਇੰਜੈਕਸ਼ਨ ਸਾਈਟਸ ਹੈ, ਤੁਹਾਨੂੰ ਪਤਾ ਨਾ ਜਿਹੜੇ ਲੋਕ ਜਿਹੜੇ ਟੀਕੇ ਲਾਉਂਦੇ ਆ ਜੀ ਜਿਹੜੇ ਹਾਰਡ ਕੋਰ ਡਰੱਗ ਕਰਦੇ ਆ, ਇਹ ਕਹਿੰਦੇ ਆ ਵੀ ਉਹਨਾਂ ਦੀਆਂ ਜਿਹੜੀਆਂ ਇੰਜੈਕਸ਼ਨ ਸਾਈਟਸ ਹੈ ਉਹ ਹਰ ਇੱਕ ਕਮਿਊਨਿਟੀ ਦੇ ਨੇਬਰਹੁੱਡ ਦੇ ਵਿੱਚ ਹੋਣੀਆਂ ਚਾਹੀਦੀ ਹੈ। ਉਸ ਤੋਂ ਬਾਅਦ ਤੁਸੀਂ ਪ੍ਰੋਵਿੰਸ਼ੀਅਲ ਲਿਬਰਲ ਦੀ ਆਈਡੀਓਲੋਜੀ ਦੀ ਗੱਲ ਕਰਦਾ ਮੈਂ, ਉਹ ਦੇਖੋ ਵੀ ਇਹਨਾਂ ਨੇ ਜਿਹੜਾ ਸੇਮ ਸੈਕਸ ਐਡ ਕਰਿਕੁਲਮ ਜਿਹੜਾ ਇੰਟਰੋਡਿਊਸ ਕੀਤਾ, ਇਹਨਾਂ ਨੇ ਲੋਕਾਂ ਦੀ ਗੱਲ ਸੁਣੀ, ਕਿੰਨੇ ਪ੍ਰੋਟੈਸਟ ਹੋਏ, ਕਿੰਨੇ ਟਾਊਨ ਹਾਲ ਹੋਏ, ਕੁਈਨਸ ਪਾਰਕ ਦੇ ਮੂਹਰੇ ਕਿੰਨੇ ਪ੍ਰੋਟੈਸਟ ਹੋਏ, ਪਰ ਇਹਨਾਂ ਨੂੰ ਇਹ ਹੈ ਵੀ ਦੇ ਆਰ ਪਲੀਜ਼ਿੰਗ ਅ ਸਰਟਨ ਸੈਗਮੈਂਟ ਆਫ ਦ ਪਾਪੂਲੇਸ਼ਨ। ਅੱਛਾ, ਹੁਣ ਪੀ ਟੀ ਸੀ ਦੇ ਰਾਹੀਂ ਤੁਸੀਂ ਆਪਣੇ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋ, ਕਿਉਂ ਪਾਉਣ ਤੁਹਾਨੂੰ ਵੋਟ? ਦੇਖੋ ਜੀ, ਪਹਿਲਾਂ ਤਾਂ ਮੈਂ ਇਹ ਕਹਿਣਾ ਹੁੰਦਾ ਕਿ ਮੈਂ ਕਿਤੇ ਨਹੀਂ ਕਹਿੰਦਾ, ਅੱਜ ਤੱਕ ਮੇਰਾ ਸਟਾਈਲ ਹੀ ਨਹੀਂ ਰਿਹਾ ਵੀ ਮੈਂ ਕਿਸੇ ਵੀ ਭੈਣ ਭਰਾ ਨੂੰ ਕਹਾਂ ਵੀ ਮੈਨੂੰ ਵੋਟ ਪਾਓ, ਕਿਉਂਕਿ ਮੈਂ ਸਮਝਦਾ ਕਿ ਮੈਂ ਕੋਈ ਐਕਸਟਰਾ ਆਰਡਨਰੀ ਇੰਡੀਵਿਜੁਅਲ ਨਹੀਂ ਗਾ। ਆਈ ਐਮ ਸ਼ੋਰ ਕਿ ਕੁਛ ਭੈਣ ਭਰਾ ਕਮਿਊਨਿਟੀ ਦੇ ਵਿੱਚ ਮੇਰੇ ਨਾਲੋਂ ਵੀ ਕਿਤੇ ਜ਼ਿਆਦਾ ਕੇਪੇਬਲ ਅਤੇ ਕੰਪੀਟੈਂਟ ਹੋਣਗੇ, ਜਿਹੜੇ ਕਮਿਊਨਿਟੀ ਨੂੰ ਮੇਰੇ ਨਾਲੋਂ ਵੀ ਬੈਟਰ ਸਰਵ ਕਰ ਸਕਦੇ ਆ। ਪਰ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ, ਤੁਸੀਂ ਵੋਟ ਜ਼ਰੂਰ ਪਾਓ, ਤੁਸੀਂ ਦੇਖ ਕੇ ਕੈਂਡੀਡੇਟ ਨੂੰ ਵੋਟ ਪਾਓ ਜਿਹੜੇ ਵੀ ਤੁਹਾਡੇ ਕੋਲ ਆਪਸ਼ਨਸ ਅਵੇਲੇਬਲ ਆ, ਅਤੇ ਜਿਹੜਾ ਕੈਂਡੀਡੇਟ ਤੁਹਾਡਾ ਮਨਪਸੰਦ ਆ, ਤੁਹਾਨੂੰ ਲੱਗਦਾ ਕਿ ਕਮਿਊਨਿਟੀ ਨੂੰ ਬੈਸਟ ਸਰਵ ਕਰ ਸਕਦਾ, ਤੁਹਾਡੀ ਆਵਾਜ਼ ਬਣ ਸਕਦਾ ਓਟਵਾ ਦੇ ਵਿੱਚ, ਤੁਸੀਂ ਉਹਨੂੰ ਵੋਟ ਪਾਓ। ਉਸ ਦੇ ਨਾਲ ਨਾਲ ਜੇ ਭੈਣਾਂ ਭਰਾਵਾਂ ਨੇ ਮੈਨੂੰ ਓਪਰਚੁਨਿਟੀ ਦਿੱਤੀ ਅਕਟੋਬਰ 19th ਨੂੰ ਇੱਕ ਵਾਰੀ ਫਿਰ ਮੈਂਬਰ ਆਫ ਪਾਰਲੀਮੈਂਟ ਬਣਨ ਦੀ, ਮੈਂ ਤੁਹਾਨੂੰ ਇੱਕ ਵਾਅਦਾ ਜ਼ਰੂਰ ਕਰ ਸਕਦਾ ਕਿ ਪਿਛਲੇ ਤਕਰੀਬਨ 4.5 ਸਾਲਾਂ ਦੇ ਵਿੱਚ ਮੈਂ ਜਿਹੜੇ ਕੰਮ ਕੀਤੇ ਆ, ਜਿਸ ਤਰ੍ਹਾਂ ਮੈਂ ਕਮਿਊਨਿਟੀ ਨੂੰ ਰੈਪ੍ਰਜੈਂਟ ਕੀਤਾ, ਮੈਂ ਉਸ 'ਤੇ ਬਹੁਤ ਪ੍ਰਾਊਡ ਹਾਂ। ਅਤੇ ਜੇ ਮੈਨੂੰ ਇੱਕ ਵਾਰੀ ਫਿਰ ਓਪਰਚੁਨਿਟੀ ਮਿਲੂਗੀ ਤਾਂ ਮੈਂ ਭੈਣਾਂ ਭਰਾਵਾਂ ਨੂੰ ਆਪਣੇ ਲੈਵਲ ਤੋਂ ਕਹਿ ਲਓ ਵੀ ਵੱਧ ਚੜ੍ਹ ਕੇ ਭੈਣਾਂ ਭਰਾਵਾਂ ਦੀ ਆਵਾਜ਼ ਬਣ ਕੇ ਓਟਵਾ ਦੇ ਵਿੱਚ ਉਹਨਾਂ ਨੂੰ ਰੈਪ੍ਰਜੈਂਟ ਕਰਦਾ ਰਹਾਂਗਾ। ਗਿੱਲ ਸਾਹਿਬ, ਗੱਲਾਂ ਬਹੁਤ ਨੇ, ਸਮਾਂ ਜਾਸਤ ਨਹੀਂ ਦਿੰਦਾ, ਅਤੇ ਸਾਨੂੰ ਪੂਰੀ ਆਸ ਹੈ ਕਿ ਤੁਸੀਂ ਆਪਣੀ ਚੋਣ ਸਫਲਤਾ ਹਾਸਲ ਕਰੋਗੇ, ਅਤੇ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਸਟੂਡੀਓ 'ਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਪੁਲਰ ਸਾਹਿਬ, ਮੈਂ ਤੁਹਾਡਾ, ਤੁਹਾਡੀ ਟੀਮ ਦਾ, ਉਸਦੇ ਨਾਲ ਨਾਲ ਸਾਰੇ ਹੀ ਭੈਣਾਂ ਭਰਾਵਾਂ ਦਾ ਇੱਕ ਵਾਰੀ ਫਿਰ ਤਹਿ ਦਿਲੋਂ ਧੰਨਵਾਦ ਕਰਦਾ। ਮੈਂ ਹਮੇਸ਼ਾ ਕਹਿੰਦਾ ਹੁੰਦਾ ਜੀ, ਮੈਂ ਛੋਟਾ ਜਿਹਾ ਆਪਣੇ ਪਰਿਵਾਰ ਦੇ ਨਾਲ ਇੰਡੀਆ ਤੋਂ ਆਇਆ ਸੀ, ਕਿਤੇ ਸੋਚ ਕੇ ਨਹੀਂ ਆਇਆ ਸੀ ਵੀ ਕੈਨੇਡਾ ਦੇ ਵਿੱਚ ਜਾ ਕੇ ਮੈਂਬਰ ਆਫ ਪਾਰਲੀਮੈਂਟ ਬਣਨਾ। ਇਹ ਸਿਰਫ ਅਤੇ ਸਿਰਫ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ, ਭੈਣਾਂ ਭਰਾਵਾਂ ਦਾ ਸਾਥ ਹੈ। ਅਤੇ ਮੈਂ ਹਮੇਸ਼ਾ ਆਪਣੇ ਦਿਲੋਂ ਜਿੰਨੀ ਵੀ ਵੱਧ ਤੋਂ ਵੱਧ ਆਪਣੇ ਭੈਣਾਂ ਭਰਾਵਾਂ ਦੀ ਮਦਦ ਹੋ ਸਕਦੀ ਹੈ ਮੈਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇ ਤੁਸੀਂ ਮੈਨੂੰ ਓਪਰਚੁਨਿਟੀ ਦਿਓਗੇ, ਆਈ ਵਿਲ ਕੰਟੀਨਿਊ ਟੂ ਡੂ ਦੈਟ ਟੂ ਦਾ ਬੈਸਟ ਆਫ ਮਾਈ ਅਬਿਲਿਟੀ। ਜੀ, ਥੈਂਕ ਯੂ ਜੀ ਗਿੱਲ ਸਾਹਿਬ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ। ਇਹ ਸੀ ਸਾਡੀ ਗੱਲਬਾਤ ਬ੍ਰੈਂਪਟਨ ਨੌਰਥ ਤੋਂ ਕੰਜ਼ਰਵੇਟਿਵ ਉਮੀਦਵਾਰ ਪਰਮਗਿੱਲ ਜੀ ਨਾਲ, ਅਤੇ ਅਸੀਂ ਆਸ ਰੱਖਦੇ ਹਾਂ ਕਿ ਤੁਸੀਂ ਇਹਨਾਂ ਦੇ ਬਹੁਤ ਵਿਚਾਰ ਸੁਣੇ, ਅਤੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਹੋਰ ਨਵੇਂ ਉਮੀਦਵਾਰਾਂ ਦੇ ਨਾਲ ਜ਼ਰੂਰ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗੇ। ਅਤੇ ਮੈਂ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਲਈ ਤੁਹਾਡੇ ਤੋਂ ਇਜਾਜ਼ਤ ਮੰਗਦਾ। ਅਗਲੇ ਹਫ਼ਤੇ ਫਿਰ ਮਿਲਾਂਗੇ। ਅੱਜ ਦਾ ਪ੍ਰੋਗਰਾਮ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।